ਪੰਜਾਬੀ ਨੌਜਵਾਨ ਖੇਡਾਂ ਪ੍ਰਤੀ ਜਾਗਰੂਕ ਕਰਨ ਅਤੇ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨ ਲਈ ਗੁਰਦੁਆਰਾ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਮੇਰੀ ਪੀਰੀ ਗੱਤਕਾ ਕਲੱਬ ਮੋਗਾ ਨੇ ਜਾਣਕਾਰੀ ਦਿੰਦੇ ਹੋਏ ਅੱਜ ਮੋਗਾ ਦੇ ਐਵਰਗ੍ਰੀਨ ਪਾਰਕ ਵਿੱਚ ਖੁੱਲ੍ਹੇ ਮੈਦਾਨ ਵਿੱਚ ਸਿੱਖੀ ਖੇਡਾਂ ਦਾ ਸਭ ਤੋਂ ਉੱਤਮ ਮੰਨਿਆ ਜਾਣ ਵਾਲਾ ਗੱਤਕਾ ਮੁਕਾਬਲਾ ਕਰਵਾਇਆ ਜਿਸ ਵਿੱਚ ਪੰਜਾਬ ਭਰ ਵੱਲੋਂ ਆਈਆਂ 11 ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਮੌਕੇ ਸਭ ਤੋਂ ਚੰਗਾ ਪ੍ਰਦਰਸ਼ਨ ਅੰਮ੍ਰਿਤਸਰ ਦੀ ਟੀਮ ਨੇ ਵਿਖਾਇਆ ਜਿਸ ਨੂੰ ਵੇਖ ਕੇ ਲੋਕਾਂ ਨੇ ਬਹੁਤ ਹੀ ਆਨੰਦ ਮਾਣਿਆ। ਇਸ ਮੌਕੇ ਟੀਮ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਗੱਤਕਾ ਐਸੋਸੀਏਸ਼ਨ ਲੁਧਿਆਣਾ ਸੰਸਥਾ ਦੇ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਸਿੱਖੀ ਅਤੇ ਗੱਤਕੇ ਦੇ ਇਤਿਹਾਸ ਬਾਰੇ ਜਾਣਕਾਰੀ ਵੀ ਦਿੱਤੀ ਅਤੇ ਉੱਥੇ ਹੀ ਬੱਚਿਆਂ ਦੁਆਰਾ ਵੀ ਕੋਰੀਓਗ੍ਰਾਫੀ ਦਿਖਾਈ ਗਈ। ਅਸੀਂ ਮੋਗਾ ਇਲਾਕਾ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਅਕਾਲੀ ਫੂਲਾ ਸਿੰਘ ਦੀ ਯਾਦ ਨੂੰ ਸਮਰਪਿਤ ਮੀਰੀ ਪੀਰੀ ਗੱਤਕਾ ਅਖਾੜਾ ਮੋਗਾ ਵੱਲੋਂ ਇਹ ਜੋ ਚੌਥਾ ਗੱਤਕਾ ਸਮਾਗਮ ਜਿਸ ਦਾ ਇਨਾਮ ਗੋਲਡ ਮੈਡਲ ਅਤੇ ਸਿਲਵਰ ਮੈਡਲ ਰੱਖਿਆ ਗਿਆ ਹੋਇਆ ਉਹ ਐਵਰਗ੍ਰੀਨ ਪਾਰਕ ਮੋਗਾ ਵਿਖੇ ਕਰਵਾ ਰਹੇ ਹਾਂ। ਇਸ ਵਿੱਚ ਸਾਡਾ ਇਹ ਨੌਜਵਾਨ ਵੀਰਾਂ ਦਾ ਇਹੀ ਉਦੇਸ਼ ਹੈ ਜਿੱਥੇ ਕੌਮ ਦੇ ਵਿੱਚ ਆਮ ਤੌਰ 'ਤੇ ਗਿਰਾਵਟ ਆ ਰਹੀ ਹੈ ਅਤੇ ਲੋਕ ਪਤਿਤ ਪੁਣੇ ਵੱਲ ਵੱਧ ਰਹੇ ਨੇ, ਨਸ਼ਿਆਂ ਵੱਲ ਵੱਧ ਰਹੇ ਨੇ, ਉਹਨਾਂ ਦਾ ਜੀਵਨ ਪੱਧਰ ਉੱਚਾ ਚੱਕਣ ਲਈ ਉਹ ਇਹ ਖਾਲਸਾ ਹੀ ਖੇਡ ਨਾਲ ਜੁੜਨ ਅਤੇ ਉਹ ਆਪਣੇ ਜੀਵਨ ਦੇ ਵਿੱਚ ਉੱਚਾ ਸੁੱਚਾ ਜੀਵਨ ਬਤੀਤ ਜਿਉਣਾ ਸ਼ੁਰੂ ਕਰਨ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਜਿਸ ਤਰ੍ਹਾਂ ਸਾਡੇ ਮਹਾਨ ਜਰਨੈਲ ਕੌਮ ਦੇ ਵਿੱਚ ਆ ਕੇ। ਮੋਗਾ ਤੋਂ ਹਰਪਾਲ ਸਿੰਘ, ਜੀਵੇ ਪੰਜਾਬ ਲਈ।